ਅੱਜ ਹੀ ਡਾਊਟ ਨਟ ਐਪ ਡਾਊਨਲੋਡ ਕਰੋ ਡਾਊਟ ਨਟ ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ ਫਿਜ਼ਿਕਸ ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ ਉਹ ਵੀ ਪੰਜਾਬੀ ਵਿੱਚ ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ ਉਸ ਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲੂਸ਼ਨ ਪਾਓ ਅਤੇ ਅਜੇ ਹੀ ਹੋਰ ਵੀਡੀਓ ਦੇਖਣ ਲਈ ਡਾਊਟ ਨਟ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਹਲੋ ਜੀ ਸਾਡਾ ਸਵਾਲ ਹੈ ਕਿ ਕਮਲਾ ਬੋਰੋੜ ਰੁਪੀਏ 26400 ਫਰੋਮ ਅ ਬੈਂਕ ਟੂ ਬਾਇ ਅ ਸਕੂਟਰ ਐਟ ਅ ਰੇਟ ਆਫ 15% ਪਰ ਐਨਮ ਕੰਪਾਉਂਡਡ ਇਅਰਲੀ ਵਟ ਅਮਾਉਂਟ ਵਿਲ ਸ਼ੀ ਪੇ ਐਟ ਦ ਐਂਡ ਆਫ 2 ਇਅਰਸ ਐਂਡ 4 ਮੰਥਸ ਟੂ ਕਲੀਅਰ ਦ ਲੋਨ ਇੱਥੇ ਧਿਆਨ ਦਿਓ ਮਾੜੀ ਦੇ ਟਾਈਮ ਇਹੋ ਜਿਹਾ ਹੁੰਦਾ ਨਾ ਸਾਨੂੰ ਇਅਰਸ ਪੂਰੇ ਤੇ ਨਾਲ ਕੁਝ ਮੰਥਸ ਉਹ ਦੇ ਦੇਵੇ ਤਾਂ ਆਪਾਂ ਸਿੰਪਲ ਇੰਟਰਸਟ ਵਾਲੇ ਮੈਥਡ ਤੋਂ ਅਪਰੋਚ ਕਰਦੇ ਹਾਂ ਮੈਂ ਦੱਸ ਦਾਂ ਪ੍ਰਿੰਸੀਪਲ ਕਿੰਨਾ ਸੀ 26400 ਰੁਪਿਆ ਰੇਟ ਆਫ ਇੰਟਰਸ ਕਿੰਨਾ ਆ 15% ਪਰ ਐਨਮ ਰਾਈਟ ਤੇ ਟਾਈਮ ਦੀ ਗੱਲ ਕਰੀਏ ਤੇ 2 ਸਾਲ 2 ইয়ার্স ਐਂਡ 4 ਮੰਥਸ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਟੇਕ ਇਟ ਇਜ਼ੀ ওকে ਹੁਣ ਆਪਾਂ ਕੀ ਕਰਾਂਗੇ ਪਹਿਲਾਂ ਦੇ 2 ਸਾਲ ਪਾਰਟਿਕੂਲਰ ਪੂਰੇ ਪੂਰੇ ਆ ਗਏ ਨਾ ਤੇ ਆਪਾਂ 2 ਸਾਲ ਦਾ ਵਿਆਜ ਕੱਢਦੇ ਆ ਉਹਦੇ ਵਾਸਤੇ ਆਪਾਂ ਨਾ 2 ਸਾਲ ਦਾ ਅਮਾਉਂਟ ਕਰ ਲੈਂਦੇ ਆ ਅਮਾਉਂਟ ਫੋਰ 2 ইয়ার্স ਫਸਟ 2 ইয়ার্স ਕਿੰਨਾ ਹੋਊ ਫਾਰਮੂਲਾ ਹੁੰਦਾ ਅਮਾਉਂਟ ਦਾ ਪ੍ਰਿੰਸੀਪਲ ਗੁਣਾਚ 1 r 100 ਟਾਈਮ ਤੇ ਇੱਥੇ ਵੈਲਿਊਜ਼ ਪੁੱਟ ਕਰੀ ਪੀ ਦੀ ਥਾਂ ਤੇ 26400 ਰੁਪਿਆ 1 r ਦੀ ਥਾਂ ਤੇ 15 100 ਤੇ ਪੂਰੇ ਦੀ ਪਾਵਰ ਟਾਈਮ ਦੀ ਥਾਂ ਤੇ ਮੈਂ ਇੱਥੇ 2 ਸਾਲ ਦਾ ਲੈ ਕੇ ਚੱਲ ਰਹੇ ਹਾਂ ਤੇ 2 ਨੂੰ ਰੱਖ ਲਿਆ ਸੋਲਵ ਕੀਤਾ ਕਿੰਨਾ ਆਜੂ 26400 ਤੇ ਗੁਣਾ ਦੇ ਵਿੱਚ ਇਹਨਾਂ ਦਾ ਐਲਸੀਐਮ ਲਾ ਲਾਂਗੇ ਆਪਾਂ ਤੇ ਆਜੂ 115 100 ਸਕਵੇਅਰ ਹੈਗਾ ਤੇ ਦੋ ਵਾਰੀ ਗੁਣਾ ਹੋ ਜਾਣਗੇ ਸਹੀ ਗੱਲ ਆ ਤੇ ਸਾਨੂੰ ਕੀ ਆਨਸਰ ਮਿਲਦਾ ਇਹਨੂੰ ਸੋਲਵ ਕਰਕੇ ਐ ਮਿਲਦਾ ਆ 34000 900 14 ਰੁਪਏ ਕੋਈ ਦਿੱਕਤ ਨਹੀਂ ਆ ਹੋ ਗਿਆ ਸਾਡਾ ਅਮਾਉਂਟ ਕੋਈ ਨਾ ਜੀ ਅੱਗੇ ਵੇਖਦੇ ਆ ਹੁਣ ਜੇ ਆਪਾਂ ਗੱਲ ਕਰੀਏ ਬਚੇ ਹੋਏ 4 ਮੰਥਸ ਬਾਰੇ ਇਹਦੇ ਟਾਈਮ ਤੇ ਵਿਆਜ ਕਿੰਨਾ ਰਿਹਾ ਹੋਣਾ ਆ ਤੇ ਉਥੇ ਆਪਾਂ ਕੀ ਕਰਾਂਗੇ ਸਿੰਪਲ ਇੰਟਰਸ ਦਾ ਫਾਰਮੂਲਾ ਯੂਜ਼ ਕਰਾਂਗੇ ਜਿੱਥੇ ਆਪਾਂ ਪ੍ਰਿੰਸੀਪਲ ਜਿਹੜਾ ਲੈਟ ਕਰਕੇ ਚੱਲਾਂਗੇ ਉਹ ਸਾਨੂੰ A2 ਦੀ ਥਾਂ ਤੇ ਯੂਜ਼ ਕਰਨਾ ਆ A2 ਯੂਜ਼ ਕਰਨਾ ਉਹਦੀ ਥਾਂ ਤੇ ਸੌਰੀ ਇਹਨੂੰ ਅਪਨ ਪ੍ਰਿੰਸੀਪਲ ਮੰਨ ਕੇ ਚੱਲਾਂਗੇ ਤੇ ਟਾਈਮ ਆ ਗਿਆ ਸਾਡੇ ਕੋਲ 4 ਮੰਥਸ ਤੇ ਵੇਖਦੇ ਆ ਵਿਆਜ ਕਿੰਨਾ ਇਕੱਠਾ ਹੁੰਦਾ ਆ ਐਸ ਆਈ ਦਾ ਫਾਰਮੂਲਾ ਹੁੰਦਾ ਪੀ ਇੰਟੂ ਆਰ ਇੰਟੂ ਟੀ ਅਪਨ 100 ਤੇ 4 ਮਹੀਨਾ ਦੀ ਗੱਲ ਆ ਪ੍ਰਿੰਸੀਪਲ ਆਪਾਂ ਨੂੰ ਲੈ ਕੇ ਚੱਲਣਾ ਪੈਣਾ ਉਸ ਤੋਂ ਪਹਿਲਾਂ ਦਾ ਟਾਈਮ ਉਸ ਤੋਂ ਪਹਿਲਾਂ ਦਾ ਪੈਸੇ ਜਿੰਨੇ ਇਕੱਠੇ ਹੋ ਚੁੱਕੇ ਨੇ ਇਹ ਹੈਗੇ ਨੇ 34914 ਰੁਪਏ ਤੇ ਗੁਣਾ ਚ ਰੇਟ ਕਿੰਨਾ ਆ ਗਿਆ ਸਾਡੇ ਕੋਲ ਰੇਟ ਤਾਂ ਜੀ 15 ਹੀ ਰੋ ਤੇ ਟਾਈਮ ਕਿੰਨਾ ਹੋਊ ਚਾਰ ਮਹੀਨੇ ਚਾਰ ਮਹੀਨਿਆਂ ਨੂੰ ਮੈਂ ਡਿਵਾਈਡ ਲਾਤਾ 12 ਦੇ ਨਾਲ ਤਾਂ ਕਿ ਇਹ ਸਾਲਾਂ ਚ ਕਨਵਰਟ ਹੋ ਜੇ ਤੇ ਡਿਵਾਈਡ ਸੋ ਵੀ ਹੁੰਦਾ ਆ ਹੁਣ ਆਪਾਂ ਇਹਨੂੰ ਸੋਲਵ ਕਰ ਲੈਂਦੇ ਆ ਵੇਖਦੇ ਕੀ ਮਿਲਦਾ ਸਾਨੂੰ ਐ ਮਿਲੂਗਾ 1700 45.7 ਰੁਪਇਆ ਕੋਈ ਦਿੱਕਤ ਨਹੀਂ ਇੱਥੇ ਸਾਡੇ ਤੋਂ ਕੀ ਪੁੱਛਿਆ ਸੀ ਅਮਾਉਂਟ ਪੁੱਛਿਆ ਸੀ ਕਿੰਨਾ ਪੇ ਕਰਨਾ ਪੈਣਾ ਆ ਓਕੇ ਹੁਣ ਇੱਥੇ ਟੋਟਲ ਅਮਾਉਂਟ ਕੀ ਮੀ ਡਿਫਾਈਨ ਹੁੰਦਾ ਆ ਟੋਟਲ ਅਮਾਉਂਟ ओके भाई 2 ਸਾਲਾਂ ਦਾ ਅਮਾਉਂਟ ਸਾਨੂੰ ਪਤਾ ਹੈ A2 ਹੈ ਉਹਦੇ 'ਚ ਜੇ ਮੈਂ ਵਿਆਜ ਜੋੜ ਦਵਾਂ ਜਿਹੜਾ ਕਿ ਅਗਲੇ 4 ਮਹੀਨਾ ਦਾ ਸੀਗਾ ਇਹ ਵਾਲਾ ਤੇ ਸਾਨੂੰ ਆਪਣਾ ਟੋਟਲ ਅਮਾਉਂਟ ਮਿਲ ਜਾਊਗਾ ਜਿਹੜਾ ਹੀ ਕਿੰਨਾ ਹੈ 1745.7 ਰੁਪਿਆ ओके ਤੇ ਇਥੇ ਆਪਾਂ ਇਹਨੂੰ ਸੋਲਵ ਕਰ ਲੈਨੇ ਆ A2 ਦੀ ਥਾਂ ਤੇ 34914 ਰੁਪਏ ਪਲੱਸ ਵਿੱਚ 1745.7 ਰੁਪਿਆ ਇਹ ਤੇ ਸਾਨੂੰ ਮਿਲੂਗਾ 36658.7 ਰੁਪਿਆ ਐ ਤੋੜਾ ਟੋਟਲ ਅਮਾਉਂਟ ਹੋ ਜਾਊਗਾ ਜਿਹੜਾ ਪੇ ਕਰਨਾ ਪੈਣਾ ਆ ਕਮਲਾ ਨੂੰ ਓਕੇ ਆਫਟਰ 2 ਇਅਰਸ ਐਂਡ 4 ਮੰਥਸ ਧੰਨਵਾਦ ਜੀ